सब तुसी भांडे भी धोंदे सी? लै दस ये चिकड़ी वड्डी गल है, मैं तां पहलो कपड़े भी धोंदा रहा। असी ना सलाह करके काम कर लईदे आ, तू अजे ब्याह नहीं होया, तेनू आंदियां गल्लां। जे सब जे इदां दी गल है तां मैं ब्याह ही नहीं करवाउणा, तेरा उदां होणा बणे। फॉर योर काइंड इनफॉर्मेशन जस साहब, असी इत्थे केस लड़न लई आउने आ, ना कि किसी दे ब्याह दीआं गल्लां करन दे लई। देखो मैडी जी, ਤੁਸੀਂ ਇਸ ਅਦਾਲਤ ਵਿੱਚ ਇਸੇ ਕਰਕੇ ਹੋ, ਤੁਸੀਂ ਮੈਨੂੰ ਦੱਸੋ ਕਿ ਮੈਂ ਇੱਥੇ ਕੇਸ ਸੋਲਵ ਕਰਨ ਆਇਆ, ਵਿਆਹ ਦੀਆਂ ਗੱਲਾਂ ਕਰਨ ਨਹੀਂ। ਜੱਜ ਸਾਹਿਬ, ਜੇ ਮੈਂਡੀ ਜੀ ਚਾਹੁੰਦੇ ਨੇ ਤਾਂ ਆਪਾਂ ਵਿਆਹ ਦੀ ਵੀ ਗੱਲ ਕਰ ਸਕਦੇ ਹਾਂ। ਤੁਹਾਡੇ ਨਾਲ ਤਾਂ ਮੈਂ ਤਲਾਕ ਦੀ ਗੱਲ ਵੀ ਨਾ ਕਰਾਂ। ਬਿਲਕੁਲ ਮੈਂਡੀ ਜੀ, ਕਿਉਂਕਿ ਤੁਸੀਂ ਤਾਂ ਮੇਰੇ ਨਾਲ ਵਿਆਹ ਵਾਲੀ ਗੱਲ ਕਰਨਾ ਚਾਹੋਗੇ, ਤਲਾਕ ਵਾਲੀ ਨਹੀਂ। ਆਈ ਨੋ ਜੱਜ ਸਾਹਿਬ, ਵੈਸੇ ਤੁਹਾਨੂੰ ਜੱਜ ਕਿੰਨੇ ਬਣਾਇਆ ਹੈ? ਜਿਹਨੇ ਤੈਨੂੰ ਸੰਤਰੀ ਬਣਾਇਆ ਸੀ। ਮੈਨੂੰ ਤਾਂ ਸੰਤਰੀ ਤੁਸੀਂ ਬਣਾਇਆ, ਇਹਦਾ ਮਤਲਬ ਜੱਜ ਤੁਸੀਂ ਆਪੇ ਬਣ ਗਏ? ਮਾਮੇ ਚਾਚੀਆਂ ਦੇ ਸਿਰਾਂ ਤੇ ਨਹੀਂ ਬਣਿਆ, ਨਹੀਂ ਜੱਜ ਮੈਂ ਆਪ ਬਣਿਆ, ਸਮਝ ਗਿਆ? ਮਾਮੇ ਚਾਚੀਆਂ ਦੇ ਸਿਰ ਤੇ ਨਹੀਂ ਜੱਜ ਸਾਹਿਬ, ਤੁਸੀਂ ਆਪ ਦੱਸਿਆ ਸੀ ਕਿ ਤੁਹਾਨੂੰ ਇਹ ਜੱਜ ਦੀ ਨੌਕਰੀ ਤੁਹਾਡੇ ਸਹੁਰਾ ਸਾਹਿਬ ਕਰਕੇ ਮਿਲੀ ਹੈ। ਆਰਡਰ ਆਰਡਰ ਆਰਡਰ, ਤੈਨੂੰ ਕਿੰਨੀ ਵਾਰੀ ਕਿਹਾ ਘਰ ਦੀਆਂ ਗੱਲਾਂ ਬਾਹਰ ਨਹੀਂ ਕਰਨੀਆਂ, ਅਦਾਲਤ ਚ ਸਿਰਫ ਅਦਾਲਤ ਦੀਆਂ ਗੱਲਾਂ ਕਰਨੀਆਂ। ਜੱਜ ਸਾਹਿਬ, ਕੋਰਟ ਚ ਕੋਰਟ ਦੀਆਂ ਗੱਲਾਂ ਤੇ ਰੋਜ਼ ਹੁੰਦੀਆਂ, ਮੈਂ ਕਿਹਾ ਚੱਲ ਅੱਜ ਬਾਹਰ ਦੀਆਂ ਗੱਲਾਂ ਕਰਕੇ ਵੇਖੀਏ। ਜੱਜ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਮੈਂ ਆਪਦੇ ਮੋਕਿਲ ਨੂੰ ਕੋਰਟ ਚ ਬੁਲਾਉਣਾ ਚਾਹਾਂਗਾ। ਉਹ ਬੁਲਾ ਇਹਨਾਂ ਦੇ ਮੋਕਿਲ ਨੂੰ ਯਾਰ। ਅੱਜ ਦਾ ਕੇਸ ਨੰਬਰ 1534340, ਪਿੰਦਾ ਸਿੰਘ ਚੁੰਮੂ ਵਰਸਿਸ ਬਿਊਟੀ ਪਾਰਲਰ ਤੇ ਉਹਨਾਂ ਦੀ ਧਰਮ ਪਤਨੀ। ਪਿੰਦਾ ਸਿੰਘ ਚੁੰਮੂ, ਕੋਰਟ ਚ ਹਾਜ਼ਰ ਹੋ। ਜਨਾਬ ਆਪਣੀ ਵੀ ਕੋਈ ਛੇੜਦਾ? ਉਹ ਮੈਂ ਤਾਂ ਚੈੱਕ ਕਰਨ ਦਾ ਹੀ, ਮੇਕਅਪ ਅਸਲੀ ਬਿਊਟੀ ਹੈ ਜਾਂ ਨਕਲੀ ਬਿਊਟੀ ਹੈ? ਤੂੰ ਹੁੰਦਾ ਕੋਣ ਮੇਰਾ ਮੇਕਅਪ ਚੈੱਕ ਕਰਨ ਵਾਲਾ? ਤੂੰ ਕਰਵਾ ਕੇ ਦਿੰਦਾ? ਉਹ ਕੋਈ ਗੱਲ ਨੀ ਜੀ, ਮੈਂ ਤੁਹਾਡਾ ਮੇਕਅਪ ਆਪ ਕਰ ਦੂੰਗਾ। ਆ ਪਹਿਲੇ ਮੈਨੂੰ ਕੇਸ ਨਿਬੜਨ ਦਿਓ। ਹੈਲੋ, ਤੁਸੀਂ ਇੱਧਰ ਆਓ। ਮੈਡਮ ਬੈਠ ਜਾਓ, ਬੈਠ ਜਾਓ, ਇੱਧਰ ਆਓ। ਯਾਰ ਤਮਾਸ਼ਾ ਬਣਾਇਆ ਯਾਰ, ਉਹ ਗੱਲ ਸੁਣ ਕਾਕਾ, ਜਿੱਦਾਂ ਤੂੰ ਉਹਦਾ ਮੇਕਅਪ ਚੈੱਕ ਕਰ ਰਿਹਾ ਸੀ ਨਾ, ਅੱਗੋਂ ਬਾਏ ਚਾਂਸ ਉਹਦਾ ਘਰ ਵਾਲਾ ਜੇ ਤੇਰੀ ਬਿਊਟੀ ਚੈੱਕ ਕਰ ਲੈਂਦਾ ਨਾ, ਤੇ ਫਿਰ ਡਾਕਟਰਾਂ ਨੇ 6 ਮਹੀਨੇ ਤੇਰਾ ਮੇਕਅਪ ਕਰਨਾ ਸੀ, ਉਹ ਵੀ ਬਿਨਾਂ ਮੇਕਅਪ ਕੀਤੇ ਆ। ਉਹ ਮੈਂ ਤਾਂ ਵਿਆਹ ਕਰਾਉਣ ਗਿਆ ਸੀ, ਵੋਟੀ ਚੈੱਕ ਕਰਨ ਨਹੀਂ ਗਿਆ ਸੀ। ਮੈਨੂੰ ਕੀ ਪਤਾ ਸੀ ਉਹ ਮੇਰੇ ਨਾਲ ਇੰਨਾ ਵੱਡਾ ਹਾਦਸਾ ਹੋ ਜਾਣਾ। ਇਹ ਸਾਰੀ ਗਲਤੀ ਆ ਬਿਊਟੀ ਪਾਰਲਰ ਵਾਲੇ ਦੀ ਹੈ, ਜਿਹਨੇ ਇੰਨਾ ਸੋਹਣਾ ਮੇਕਅਪ ਕੀਤਾ, ਇੰਨਾ ਸੋਹਣਾ ਮੇਕਅਪ ਕੀਤਾ, ਮੈਂ ਤੁਹਾਨੂੰ ਕੀ ਦੱਸਾਂ। ਮੈਂ ਤਾਂ ਫੇਰੇ ਲੈਂਦੇ ਆਹੀ ਸੋਚੀ ਜਾਂਦਾ ਸੀ ਕਿ ਆਹ ਵੋਟੀ ਮੇਰੀ ਹੈ, ਤੇ ਜਦੋਂ ਉਹ ਘਰ ਆ ਕੇ ਮੂੰਹ ਧੋਤਾ ਨਾ ਉਹਨੇ, ਸੋ ਰੱਬ ਦੀ ਜੱਜ ਸਾਹਿਬ, ਘੇਰਾ ਤਾਂ ਥਰਾ ਹੀ ਨਿਕਲ ਗਿਆ। ਜੱਜ ਸਾਹਿਬ, ਜੇ ਅਸੀਂ ਇੱਕੋ ਬੰਦੇ ਦੀ ਗੱਲ ਸੁਣੀ ਜਾਵਾਂਗੇ ਤਾਂ ਕੇਸ ਸੋਲਵ ਕਿਵੇਂ ਹੋਏਗਾ? ਮੈਨੂੰ ਲੱਗਦਾ ਹੈ ਕਿ ਸਾਨੂੰ ਦੋਹਾਂ ਧਿਰਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ, ਤਾਂ ਕਿ ਜਲਦੀ ਤੋਂ ਜਲਦੀ ਕੇਸ ਸੋਲਵ ਹੋ ਸਕੇ ਤੇ ਤੁਸੀਂ ਆਪਣੀ ਸਾਲੀ ਦੇ ਸਾਲੇ ਦੇ ਵਿਆਹ ਤੇ ਜਾ ਸਕੋ। ਓਹੋ ਮੈਡੀ ਜੀ, ਸਾਲੀ ਦੇ ਸਾਲੇ ਨਹੀਂ, ਸਾਲੇ ਦੀ ਸਾਲੀ ਦੇ ਵਿਆਹ ਤੇ ਜਾਣਾ, ਰਿਸ਼ਤੇਦਾਰੀ ਸਮਝਿਆ ਕਰੋ ਜਰਾ। ਜੱਜ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਅਸੀਂ ਇਸ ਸਾਲੀ ਸਾਲੇ ਦੇ ਮੁੱਦੇ ਤੋਂ ਬਾਹਰ ਨਿਕਲ ਕੇ ਮੇਰੇ ਮੁਆਕਿਲ ਨੂੰ ਬੁਲਾ ਲਈਏ। ਬੁਲਾਓ ਸਾਲੇ ਨੂੰ। ਕੀ ਕਹਿ ਰਹੇ ਹੋ ਜੱਜ ਸਾਹਿਬ? ਨਹੀਂ, ਮੇਰਾ ਮਤਲਬ ਇਜਾਜ਼ਤ ਹੈ, ਬੁਲਾਓ ਇਜਾਜ਼ਤ। ਲੀਪਾ ਪੋਤੀ ਬਿਊਟੀ ਪਾਰਲਰ ਦੇ ਓਨਰ ਬੌਬੀ, ਕੋਰਟ ਚ ਹਾਜ਼ਰ ਹੋ। ਇੱਕ ਵਾਰੀ ਤੁਸੀਂ ਦੇਖੋ, ਨਹੀਂ ਤੁਹਾਨੂੰ ਤੇ ਲੋੜ ਨਹੀਂ ਹੈਗੀ ਵੈਸੇ। ਤੁਹਾਡਾ ਫੇਸ ਅਪ ਕਰਿਓ ਆਪਣਾ। ਹਾਂ, ਸੋ ਕਿਊਟ। ਹਾਏ, ਤੁਸੀਂ ਤਾਂ ਪਹਿਲੇ ਵੀ ਬੜੇ ਕਿਊਟ ਲੱਗਦੇ, ਦੇਖ ਮੈਂ ਡੁਕੋ। ਮੈਡੀ ਮੈਂ ਤਾਂ ਤੁਹਾਡੇ ਵਾਸਤੇ ਗਿਫਟ ਲੈ ਕੇ ਆਈ ਹਾਂ, ਬੜਾ ਪਿਆਰਾ ਜਿਹਾ। Oh my God, hi, ਤਾਂ ਮੈਂ ਖਰੀਦਣ ਜਾਣ ਹੀ ਵਾਲੀ ਸੀ ਤੇ ਤੁਸੀਂ ਮੈਨੂੰ ਗਿਫਟ ਕਰ ਦਿੱਤਾ, so sweet of you. Thank you. ਪਰ ਵੈਸੇ ਨਾ ਤੁਸੀਂ ਬੜੇ ਸਵੀਟ ਲੱਗਦੇ ਪਏ ਹੋ, ਮੈਂ ਨਾ ਫਿਰ ਵੀ ਤੁਹਾਡੀ ਨੋਜ਼ ਥੋੜ੍ਹੀ ਹੋਰ ਹਾਈਲਾਈਟ ਕਰ ਦਿੰਦੀ ਹਾਂ ਨਾ। ਉਹ ਦੇਖਿਓ ਮੈਡਮ ਜੀ, ਆਪਣੇ ਨੱਕ ਨੂੰ ਹਾਈਲਾਈਟ ਕਰਾਉਂਦੇ ਕਰਾਉਂਦੇ ਕਿਤੇ ਆਪਣਾ ਨੱਕ ਨਾ ਵਧਾ ਲਿਓ। ਜੈਸਾ ਮੇਰੇ ਮੋਕਿਲ ਦੇ ਨਾਲ ਧੱਕਾ ਹੋਇਆ ਹੈ, ਜਿਹੜੀ ਕੁੜੀ ਉਹਨਾਂ ਨੇ ਪਸੰਦ ਕੀਤੀ ਸੀ ਉਹ ਬਾਅਦ ਚੋਂ ਕੁੜੀ ਨਹੀਂ ਨਿਕਲੀ, ਔਰ ਇਹਨਾਂ ਕੋਲ ਸਾਰੇ ਸਬੂਤ ਵੀ ਨੇ। ਪਿੰਦਾ ਚੁੰਮੋ ਜੀ,